ਦੀਦ ਨੇ ਬਿਛਾਈ ਕਰਾਂ ਮਨ ਤਨ ਵੇਚ ਮਾਰਾਂ ਸਰਦਾ ਮੌਜ ਜੀਵ ਮਰਾਂ ਜਾਵਾਂ ਬਲਿਹਾਰ ਮੈਂ ਤਾਂ ਰੋਨੀ ਐ ਤੇ ਸਾਰਾ ਜੱਗ ਰੋਵੇ ਬਣਾਉਂਦੇ ਪੰਖੇ ਰੂ ਰੋਂਦੇ ਮੈਂ ਤਾਂ ਰੋਨੀ ਐ ਤੇ ਸਾਰਾ ਜੱਗ ਰੋਵੇ ਬਣਾਉਂਦੇ ਪੰਖੇ ਰੂ ਰੋਂਦੇ ਨੇ ਓਏ ਬਣਾਉਂਦੇ ਪੰਖੇ ਰੂ ਰੋਂਦੇ ਓ ਬਣਾਉਂਦੇ ਪੰਖੇ ਰੂ ਰੋਂਦੇ ਫੇਰੂ ਰੋਂਦੇ ਨੇ ਮਾਨਯੋਗ ਸਤਸੰਗਿਓ ਮਹਾਂਪੁਰਖ ਬਚਨ ਕਰਿਆ ਕਰਦੇ ਏਕ ਬਿਸ਼ਰਤ ਪ੍ਰਾਣ ਹਿਤ ਲਈ ਬਈ ਇੱਕ ਦੇ ਵਿਛੋੜੇ ਦਾ ਐਡਾ ਵੱਡਾ ਦੁੱਖ ਹੈ ਜਿਵੇਂ ਕਿਸੇ ਬੰਦੇ ਦੀ ਜਾਨ ਹੀ ਕੱਢ ਕੇ ਲੈ ਜਾਏ ਮਹਾਂਪੁਰਖਾਂ ਦੇ ਬਚਨ ਸੀ
ਬਈ ਇੱਕ ਦੇ ਵਿਛੋੜੇ ਦਾ ਦੁੱਖ ਹੈ ਤੇ ਇੱਕ ਦੇ ਮਿਲੇ ਦਾ ਦੁੱਖ ਹੈ। ਮਿਲੇ ਦਾ ਤਾਂ ਉਹਦਾ ਦੁੱਖ ਹੈ, ਬੰਦਾ ਮਾੜਾ ਮਿਲ ਜੇ ਨਾ, ਈਰਖਾ ਨਾਲ ਭਰਿਆ ਪਿਆ, ਉਹ ਸ਼ਾਂਤੀ ਭੰਗ ਕਰ ਦਿੰਦਾ ਦੂਜੇ ਦੀ। ਇਸ ਕਰਕੇ ਨੀਤੀ ਵਾਲਾ ਕਹਿੰਦਾ ਏਕ ਮਿਲਤ ਦਾਰਨ ਦੁੱਖ ਦੇਈ, ਈਰਖਾ ਨਾਲ ਭਰਿਆ ਪਿਆ ਬੰਦਾ, ਮਾੜਾ ਬੰਦਾ ਮਿਲ ਜੇ ਤੇ ਉਹ ਗੱਲ ਕਰਨ ਦੇ ਨਾਲ ਹੀ ਮਨ ਨੂੰ ਸਾਧ ਸੰਗਤ ਅੱਗ ਲਾ ਕੇ ਲੰਘ ਜਾਂਦਾ। ਤੇ ਇੱਕ ਏਕ ਬਿਸ਼ਰਤ ਪ੍ਰਾਣ ਹਿੱਤ ਲਈ, ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਨੇ ਬਚਨ ਕਰਿਆ ਕਰਨਾ, ਕਹਿੰਦੇ ਇੱਕ ਪੁੱਤ ਹੁੰਦਾ, ਇੱਕ ਕਪੁੱਤ ਹੁੰਦਾ, ਇੱਕ ਸਪੁੱਤ ਹੁੰਦਾ। ਕਹਿੰਦੇ ਬਾਬਾ ਜੀ ਇਹਦਾ ਕੀ ਮਤਲਬ? ਕਹਿੰਦੇ ਸਪੁੱਤ ਉਹਨੂੰ ਕਿਹਾ ਜਾਂਦਾ ਜਿਹੜਾ ਆਪਦੇ ਮਹਾਂਪੁਰਖਾਂ ਦੀ ਕਮਾਈ ਨੂੰ ਚਾਰ ਚੰਨ ਲਾ ਦੇਵੇ, ਉਹਨੂੰ ਸਪੁੱਤ ਕਹਿੰਦੇ ਆ। ਕਹਿੰਦੇ ਅਸੀਂ ਬਾਬਾ ਆਨੰਦ ਸਿੰਘ ਜੀ ਦਾ ਸਪੁੱਤ ਬਣ ਕੇ ਦਿਖਾਇਆ, ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕਰਿਆ ਕਰਨਾ। ਕਹਿੰਦੇ ਨਾ ਅਸੀਂ ਬਾਬਾ ਆਨੰਦ ਸਿੰਘ ਜੀ ਦੇ ਸਪੁੱਤ ਬਣ ਕੇ ਦਿਖਾਇਆ, ਵੀ ਉਹਨਾਂ ਦੀ ਕੀਤੀ ਹੋਈ ਕਮਾਈ ਜਦੋਂ ਸਾਧ ਸੰਗਤ ਜਲ ਪ੍ਰਵਾਹ ਕਰਨ ਨਾ, ਕੰਨੀਆਂ ਨੂੰ ਜਾਣ ਕੰਨੀਆਂ ਨੂੰ, ਤੇ ਐਂ ਸੰਗਤਾਂ ਸੜਕਾਂ ਤੇ ਖੜੀਆਂ ਵੀ ਨਾ, ਕਿਹੋ ਜਿਹੀ ਹਾਲਤ ਹੈ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ। ਆ ਦੇਖਿਆ ਨੀ ਕਿਹੋ ਜਿਹਾ ਸੀਨ ਸੀ ਫਤਿਹਗੜ੍ਹ ਸਾਹਿਬ, ਜਦੋਂ ਅਰਦਾਸ ਹੋਈ ਸੰਗਤਾਂ ਦੀਆਂ ਤਾਂ ਹੀ ਨਿਕਲ ਗਈਆਂ। ਇਹਨੂੰ ਕਹਿੰਦੇ ਆ ਇਹ ਵਿਛੋੜਾ ਸਹਿਆ ਨਾ ਜਾਏ। ਇਹ ਉਹਨਾਂ ਦੀ ਮੈਂ ਗੱਲ ਕਰਦਾ ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਹੈ। ਤੇ ਫਿਰ ਕੀ ਸੀਨ ਕਿਹੋ ਜਿਹਾ ਹੁੰਦਾ? ਆਪਾਂ ਪੰਗਤੀ ਪੜ੍ਹੀ, ਮੈਂ ਰਵੁੰਨੀ, ਇੱਕ ਪ੍ਰੇਮੀ ਮੈਨੂੰ ਦੱਸੇ, ਕਹਿੰਦਾ ਵੀ ਫਲਾਨਾ ਸਿਆਂ ਸੰਤ ਮਹਾਰਾਜ ਖੜੇ, ਸੰਤ ਬਾਬਾ ਬਲਵੰਤ ਸਿੰਘ ਜੀ ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਰਚਨਾ ਪਵਿੱਤਰ ਹੁੰਦੀ ਹੈ। ਸੱਚ ਜਾਣੋ ਮੈਂ ਕੋਈ ਫੋਕੀ ਵਡਿਆਈ ਨਹੀਂ ਕਰਦਾ, ਤੇ ਨਾ ਹੀ ਮੈਂ ਸਰੀਰ ਕਰਕੇ ਉਹਨਾਂ ਦੇ ਨੇੜੇ ਸੀ, ਮੈਂ ਸਰੀਰ ਕਰਕੇ ਨੇੜੇ ਵੀ ਨਹੀਂ, ਤੇ ਪਰ ਮੈਂ ਉਹਨਾਂ ਦਾ ਦਿਲੋਂ ਕਰਕੇ ਆਸ਼ਕ ਬਹੁਤ ਹੈ। ਦਿਲੋਂ ਕਿਸੇ ਬੰਦੇ ਦਾ ਕੁਦਰਤੀ ਹੁੰਦਾ, ਮੈਂ ਨਹੀਂ ਆਏ ਨਹੀਂ ਮੈਂ ਵਡਿਆਈ ਕਰਦਾ। ਮੇਰਾ ਕਹਿਣ ਦਾ ਮਤਲਬ ਹੈ ਉਹ ਕਹਿੰਦਾ ਬਈ ਮੈਨੂੰ ਬਾਬੇ ਕਹਿੰਦੇ, ਕਹਿੰਦੇ ਫਲਾਨਾ ਸਿਆਂ, ਕਹਿੰਦਾ ਹਾਂ, ਕਹਿੰਦਾ ਜਦੋਂ ਆਪਾਂ ਸਰੀਰ ਕਰਕੇ ਜਾਵਾਂਗੇ ਨਾ ਤਾਂ ਦਰਖਤ ਵੀ ਰੋਣਗੇ। ਇਹਨੂੰ ਕਹਿੰਦੇ ਮੈਂ ਰਬੁੰਨੀ ਸਭ ਜਗ ਰੋਨਾ, ਕਿਹੋ ਜਿਹੀ ਹਾਲਤ ਸਾਧ ਸੰਗਤ? ਉੱਥੇ ਸੰਗਤਾਂ ਦੀ ਦੇਖਣ ਵਾਲੀ ਸੀ, ਜਾਂ ਤਾਂ ਸਾਧ ਸੰਗਤ, ਇਹ ਉਹਨਾਂ ਦੀ ਮੈਂ ਗੱਲ ਕਰਦਾ ਜਿਹਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜਿਸ ਪਿਆਰੇ ਸੋ ਨੇਹੋ ਤਿਸ ਅੱਗੇ ਮਰ। ਗੁਰੂ ਨਾਨਕ ਨੇ ਕਹਿ ਤਾਂ ਲੈਣਿਆ ਮੈਂ ਜੋਤੀ ਜੋ ਸਮਾ ਜਾਣਾ, ਤੂੰ ਕਰਤਾਰਪੁਰ ਨਾ ਆਈ ਭਾਈ ਲੈਣੇ ਨੂੰ। ਦੇਖੋ ਸਾਰੀਆਂ ਬਖਸ਼ਿਸ਼ਾਂ ਕਰਤੀਆਂ, ਗੁਰੂ ਅੰਗਦ ਬਣਾ ਕੇ ਰੱਖਤਾ ਭਾਈ ਲੈਣੇ ਨੂੰ, ਪਰ ਗੱਲ ਕੀ ਕਹੀ? ਲੈਣਿਆ ਹੁਣ ਤੂੰ ਇਉਂ ਕਰ, ਹੁਣ ਨਾ ਤੂੰ ਕਰਤਾਰਪੁਰ ਨਾ ਆਈ ਤੇ ਖੰਡੂਰ ਸਾਹਿਬ ਨੂੰ ਚੱਲਿਆ ਜਾ। ਜਦੋਂ ਇੰਨੀ ਗੱਲ ਕਹੀ ਨਾ ਤੇ ਭਾਈ ਲੈਣੇ ਦੀ ਧਾ ਵੀ ਨਿਕਲਦੀ ਹੈ, ਤੇ ਜਦੋਂ ਖੰਡੂਰ ਸਾਹਿਬ ਜਾਂਦਾ ਮਾਈ ਸਭਰਾਈ ਪੁੱਛਦੀ ਉਹ ਲੈਣਿਆ ਤੇਰੀ ਹਾਲਤ ਕੀ ਹੈ, ਇਹੋ ਜਿਹੀ ਹੈ ਭਗਤ ਕਬੀਰ ਜੀ ਪੜ੍ਹਿਆ ਕਰਦੇ। ਉਹ ਤਾਂ ਜਿਉਂਦਾ ਨਹੀਂ ਬਜੋਗੀ ਜਿਹੜਾ ਰਾਮ, ਉਹ ਤਾਂ ਜਿਉਂਦਾ ਨਹੀਂ।
ਮਹਾਪੁਰਖ ਮਹਾਪੁਰਖ ਸੰਤ ਨਹੀਂ ਸੀ, ਸੰਤ ਬਲਵੰਤ ਸੋ ਤਾਂ ਸੰਤ ਬਣਾਉਣ ਆਇਆ ਸੀ, ਸੰਤ ਬਾਬਾ ਜੀ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ ਝੀਲ ਅੰਨੀ ਕਿਤੇ ਮਰਜ਼ੀ ਨਿਗਾਹ ਮਾਰੋ, ਸੰਤ ਬਾਬਾ ਬਲਵੰਤ ਸਿੰਘ ਜੀ ਦੇ ਦਰਸ਼ਨ ਕਰ ਕਰਕੇ ਸੰਤ ਬਣ ਗਏ, ਗਿਣੇ ਨਹੀਂ ਜਾ ਸਕਦੇ। ਮੇਰਾ ਕਹਿਣ ਦਾ ਮਤਲਬ ਹੈ ਵੀ ਕਿੰਨੀ ਮਹਾਤਮਾ ਦੀ ਮਹਾਂਪੁਰਖਾਂ ਦੀ ਕਮਾਈ ਸੀ, ਉਹਨਾਂ ਦੇ ਦਰਸ਼ਨ ਕਰ ਕਰਕੇ ਨਾ ਤੇ ਸਾਧ ਸੰਗਤ ਗਿਣਤੀ ਤੋਂ ਬਾਹਰ ਹੈ ਜਿੰਨੇ ਅੱਜ ਸੰਤ ਬਣੇ ਪਏ ਆ। ਮੈਂ ਇੱਕ ਬੇਨਤੀ ਕਰਾਂ, ਸਮਾਂ ਵੀ ਥੋੜ੍ਹਾ, ਮੈਂ ਬਿਰਕੀ ਰਿਹਾ ਕਰਦਾ, ਮੈਂ 40-45 ਸਾਲ ਦੀ ਗੱਲ ਹੋਵੇ, ਬਿਰਕਾਂ ਜਗਰਾਵਾਂ ਕੋਲੇ ਹੈ, ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਬਣੇ ਤੇ ਮੈਂ ਉਦੋਂ ਇਕੱਲਾ ਹੀ ਹੁੰਦਾ ਸੀ, ਤੇ ਗੁਰਦੁਆਰਾ ਬਣਦਾ ਤੇ ਮੇਰਾ ਸੁਭਾਅ ਹੈ ਸੇਵਾ ਕਰਨ ਦਾ, ਹੁਣ ਵੀ ਮੇਰਾ ਹਜੇ ਸੁਭਾਅ ਮੈਂ ਕਰ ਲੈਂਦਾ। ਇੱਕ ਬੰਦਾ ਨਾ ਤਾਂ ਮੈਨੂੰ ਪਹਿਲਾਂ ਮਿਲਿਆ ਸੀ ਨਾ ਮੁੜ ਕੇ ਮਿਲਿਆ, ਹੁਣ ਤਾਈਂ ਬਿਰਕੀ ਮੈਂ ਰਹਾ ਤੇ ਇੱਕ ਬੰਦਾ ਆ ਗਿਆ, ਮੇਰੀ ਉਮਰ ਥੋੜੀ ਤੇ ਉਹਦਾ ਚਿੱਟਾ ਦਾੜਾ। ਮੈਂ ਕਿਹਾ ਵੀ ਬਾਬਾ ਤੇਰਾ ਨਾਂ ਕੀ ਹੈ? ਮੈਨੂੰ ਕਹਿੰਦਾ ਮੇਰਾ ਨਾਂ ਤਰਨ ਸਿਉਂ ਹੈ। ਮੈਂ ਕਿਹਾ ਕਿੱਥੋਂ ਆਇਆ? ਕਹਿੰਦਾ ਬੰਬੇ ਤੋਂ ਆਇਆ, ਰਿਹਾ 5-4 ਦਿਨ। ਮੈਂ ਪਾਣੀ ਛਿੜਕਦਾ ਫਿਰਾਂ ਗੁਰੂ ਘਰ ਮਹਾਰਾਜ ਦੇ ਮੂਹਰੇ ਨਾ, ਦਰਬਾਰ ਸਾਹਿਬ ਮੂਹਰੇ ਪਾਣੀ ਛਿੜਕਾਂ, ਹਲਟੀ ਲੱਗੀ ਸੀ ਉਦੋਂ। ਉਹ ਬੰਦੇ ਨੂੰ ਪਤਾ ਨਹੀਂ ਮੇਰੇ ਤੇ ਤਰਸ ਆਇਆ, ਮੈਨੂੰ ਕਹਿੰਦਾ ਤੈਨੂੰ ਰੱਬ ਦਿਖਾਵਾਂ। ਮੇਰਾ ਕੁਦਰਤੀ ਸੁਭਾਅ ਸੀ ਅਸਨ ਦਾ, ਮੈਂ ਆਖਿਆ ਰੱਬ ਤੇਰੇ ਕੋਲੇ ਆ। ਕਹਿੰਦਾ ਵੀ ਸੱਚੀ ਗੱਲ ਹੈ, ਮੈਂ ਤੈਨੂੰ ਰੱਬ ਦਿਖਾਵਾਂ। ਤੇ ਮੈਂ ਉਦੋਂ ਇਲਾਕਾ ਨਾ ਰਾੜਾ ਸਾਹਿਬ ਨਾ ਕਿਤੇ ਦੇਖਿਆ ਨਹੀਂ ਸੀ, ਮੈਂ ਨਹੀਂ ਸੀ ਇੱਧਰ ਆਇਆ। ਮੈਂ ਕਿਹਾ ਵੀ ਕਿੱਥੇ ਹੈ? ਕਹਿੰਦਾ ਵੀ ਸਿਉੜੇ ਰੱਬ ਹੈ, ਮੈਂ ਨਹੀਂ ਸੀ ਮਹਾਂਪੁਰਖਾਂ ਦੇ ਦਰਸ਼ਨ ਕੀਤੇ। ਮੈਂ ਕਿਹਾ ਸੱਚੀ ਗੱਲ ਹੈ ਯਾਰ? ਕਹਿੰਦਾ ਹਾਂ। ਕਹਿੰਦਾ ਵੀ ਸਿਉੜੇ ਰੱਬ ਹੈ। ਮੈਂ ਕਿਹਾ ਜੇ ਮੈਨੂੰ ਵੀ ਦਰਸ਼ਨ ਕਰਾ ਕੇ ਲਿਆ। ਅਸੀਂ ਜੀ ਤਿਆਰੀ ਕਰ ਲਈ, ਸਾਡੇ ਕੋਲ ਫੋਰਡ ਜੀ ਕਾਰ, 8 ਸਿਲੰਡਰ ਪੈਟਰੋਲ, ਉਦੋਂ ਰੁਪਈਏ ਇੱਕ ਲੀਟਰ ਹੁੰਦਾ ਸੀ ਪੈਟਰੋਲ, ਉਦੋਂ ਸਸਤਾ ਹੁੰਦਾ ਸੀ, ਉਦੋਂ ਰੁਪਈਆ 125 ਪੈਟਰੋਲ ਹੋਣਾ ਉਦੋਂ। ਤੇ ਮੈਂ ਜੀ ਕਾਰ ਕੱਢ ਲਈ ਚਾਹ ਨਾ ਵੀ ਰੱਬ ਦੇਖਣ ਦੇਖੀਏ ਕਿਹੋ ਜਿਹਾ ਹੁੰਦਾ। ਉਹ ਮੇਰੇ ਨਾਲ ਬਹਿ ਗਿਆ ਤੇ ਮੈਂ ਮਹਾਂਪੁਰਖਾਂ ਦੀ ਅੰਤਰਜਾਮ ਤਾਂ ਦੇਖੀ ਉਸ ਵੇਲੇ ਜਾਣੇ ਦੀ, ਮੈਨੂੰ ਇਲਾਕੇ ਦਾ ਨਹੀਂ ਸੀ ਪਤਾ। ਹੁਣ ਮੈਨੂੰ ਪਤਾ ਸੀ ਧਮੋਟ ਨੰਗੇ, ਧਮੋਟ ਤੋਂ ਨਾ ਪਰੇ ਨਹਿਰ ਹੈ, ਜਦੋਂ ਨਹਿਰ ਦਾ ਪੁਲ ਲੰਘੇ ਨਾ ਤੇ ਸੰਤਾਂ ਕੋਲ ਉਦੋਂ ਜੌਂਗਾ ਹੁੰਦਾ ਸੀ ਵੱਡਾ ਸਾਰਾ, ਜਿਹਦੇ 'ਚ ਲੋਕ ਟਰੱਕ ਦਾ ਇੰਜਣ ਰੱਖਿਆ, ਕਹਿੰਦੇ ਫੌਜੀਆਂ ਵਾਲਾ। ਸੰਤਾਂ ਨੇ ਦੀਵਾਨ ਤੇ ਆਉਣਾ ਤੇ ਸੰਤ ਆਉਣ ਜੀ ਕਿਲੋਮੀਟਰ ਤੋਂ ਉਹਨਾਂ ਦੂਰੋਂ ਹੀ ਹੱਥ ਮਾਰਨ ਲੱਗ ਗਏ ਵੀ ਮੋੜ ਲੋਕ। ਮੈਂ ਕਿਹਾ ਸੰਤਾਂ ਨੂੰ ਕਿਹਨੇ ਦੱਸਤਾ? ਉਹ ਮੈਨੂੰ ਕਹਿੰਦਾ ਤਾਂਹੀਓ ਤੈਨੂੰ ਕਹਿੰਦਾ ਵੀ ਰੱਬ ਹੈ ਹਿਰਦੇ ਦੀ ਜਾਣਦਾ ਤੇ। ਅਸੀਂ ਜੀ ਗੱਡੀ ਮੈਂ ਪਿੱਛੇ ਲਾ ਲਈ, ਸੰਤਾਂ ਨੇ ਦੀਵਾਨ ਲਾਇਆ। ਜਦੋਂ ਮਹਾਂਪੁਰਖ ਤੁਰਨ ਲੱਗੇ ਨਾ, ਉਹ ਬੰਦੇ ਨੇ ਮਹਾਂਪੁਰਖਾਂ ਨੂੰ ਜਾ ਕੇ ਨਾ ਮੂਹਰਿਓਂ ਰੋਕ ਲਿਆ, ਕਹਿੰਦਾ ਵੀ ਰੱਬਾ ਸਾਡੇ ਨਾ ਬੈਠ। ਮੈਂ ਕਿਹਾ ਮੈਂ ਸੁਣਿਆ ਸੀ ਵੀ ਬਾਬੇ ਨਾ ਵੀ ਜਦੋਂ ਬਚਨ ਕਰਦੇ ਆ ਫਿਰ ਬੰਦਾ ਚੱਲ ਨਹੀਂ ਸਕਦਾ, ਹਰ ਇੱਕ ਬੰਦਾ ਉਹਨਾਂ ਦੀ ਝਾਲ ਨਹੀਂ ਸੀ ਚੱਲ ਸਕਦਾ, ਹਰ ਇੱਕ ਬੰਦੇ ਤੋਂ ਨਾ ਉਹਨਾਂ ਦੀ ਝਾਲ ਝੱਲੀ ਨਹੀਂ ਸੀ ਜਾਂਦੀ। ਉਹਨੇ ਜੀ ਜਦੋਂ ਉਹ ਬਾਬੇ ਤਰਨ ਸੁਣੇ, ਜਦੋਂ ਬਾਬਿਆਂ ਨੂੰ ਬਿਠਾਇਆ ਬਈ ਸੱਚੀ ਗੱਲ ਹੈ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹਾਂ, ਮੇਰੇ ਪੈਰ ਨਾ ਕੰਮ ਕਰਨ, ਬਈ ਬਾਬੇ ਮੇਰੇ ਬਰਾਬਰ ਬਹਿ ਗਏ, ਮੇਰੇ ਨਾ ਮੈਥੋਂ ਗੱਡੀ ਨਾ ਚੱਲੇ,
ਮੇਰਾ ਕਹਿਣ ਦਾ ਮਤਲਬ ਆ ਵੀ ਮਹਾਂਪੁਰਖਾਂ ਦਾ ਇਹੋ ਜਿਹਾ ਪ੍ਰਤਾਪ ਸੀ, ਪਰ ਆਪ ਜੀ ਨੂੰ ਪਤਾ ਕਿਹੋ ਜਿਹਾ ਸੀਨ ਹੋਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸੱਚਖੰਡ ਨੂੰ ਚਲੇ ਗਏ ਨਾ, ਤੇ ਸੰਗਤਾਂ ਬਾਬੇ ਬੁੱਢੇ ਨੂੰ ਪੁੱਛਦੀਆਂ, ਬਾਬਾ ਜੀ ਕੀ ਸਤਿਗੁਰੂ ਸੱਚਖੰਡ ਨੂੰ ਚਲੇ ਗਏ? ਬਾਬਾ ਬੁੱਢਾ ਕਹਿੰਦਾ ਭਾਈ ਕਿਤੇ ਬਚਨ ਨਹੀਂ ਪੜੇ। ਕਹਿੰਦੇ ਬਾਬਾ ਜੀ ਕਾਹਦੇ? ਉਹ ਨਾ ਆਉਂਦੇ ਨਾ ਜਾਂਦੇ ਸਾਧੂ, ਬਾਬੇ ਬੁੱਢੇ ਨੂੰ ਸੰਗਤਾਂ ਪੁੱਛਦੀਆਂ, ਬਾਬਾ ਜੀ ਗੁਰੂ ਨਾਨਕ ਦਾ ਤੁਹਾਨੂੰ ਬਚਨ ਕੀਤਾ ਪਿਆ, ਬਾਬੇ ਬੁੱਢੇ ਨੂੰ ਕਾਹਦਾ ਬਚਨ ਸੀ? ਬਾਬੇ ਬੁੱਢੇ ਨੂੰ ਗੁਰੂ ਨਾਨਕ ਦਾ ਬਚਨ ਸੀ, ਬਾਬਾ ਤਾਂ ਇੱਥੋਂ ਉਹਲੇ ਕਦੇ ਨਾ ਖੁਸ਼ੀ। ਇਹਦਾ ਮਤਲਬ ਹੈ ਨਾ, ਜੇ ਮੈਂ ਸਰੀਰ ਕਰਕੇ ਵੀ ਚਲਿਆ ਜਾਵਾਂ ਤੇ ਤੈਨੂੰ ਪਤਾ ਹੋਊ ਮੇਰੀ ਜੋਤ ਕਿਹਦੇ 'ਚ ਕੰਮ ਕਰਦੀ ਹੈ। ਮੇਰੀ ਨਾ ਜੋਤ ਇਹ ਬਾਬੇ ਬੁੱਢੇ ਨੂੰ ਬਚਨ ਹੋਏ ਸੀ, ਤਾਂਹੀਓ ਬਾਬਾ ਬੁੱਢਾ ਮਾਈ ਸਵਰਾਈ ਦੇ ਘਰੇ ਵੀ ਚਲਿਆ ਗਿਆ ਸੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਮਰੇ 'ਚ ਬਹਿ ਗਏ ਸੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੰਗਤੀਆਂ ਪੜ੍ਹੀਆਂ ਨਾ, ਜਿਸ ਪਿਆਰ ਸੁਨੇ ਹੋ ਤਸ ਅੱਗੇ ਮਰ ਚੱਲ ਗਿਆ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਇਆ ਤੋਂ ਬਾਬਾ ਬੁੱਢਾ ਸੰਗਤਾਂ ਨੂੰ ਲੈ ਕੇ ਨਾ ਚਾਰ ਚੌਂਕੀਆਂ ਨਿਕਲਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ, ਕਿਤੇ ਖਿਆਲ ਰੱਖਿਓ ਪਹਿਲੀ ਚੌਂਕੀ ਵੱਡੀ ਚੌਂਕੀ ਕਹਿੰਦੇ ਆ। ਬਾਬੇ ਬੁੱਢੇ ਨੇ ਚੌਂਕੀ ਕੱਢੀ ਸਾਰੇ ਅੰਮ੍ਰਿਤਸਰ ਦੇ ਉੱਤੋਂ ਦੀ, ਜਦੋਂ ਸਾਰੇ ਅੰਮ੍ਰਿਤਸਰ ਸਾਹਿਬ ਦੇ ਉੱਤੋਂ ਦੀ ਨਾ, ਤੇ ਬਾਬਾ ਬੁੱਢਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਵੇਂ ਆਪਾਂ ਅੱਜ ਮਹਾਂਪੁਰਖਾਂ ਨੂੰ ਚੇਤੇ ਕਰਦੇ ਹਾਂ ਨਾ,
ਤੇ ਬਾਬਾ ਬੁੱਢਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੇਤੇ ਕਰਕੇ ਪੰਗਤੀਆਂ ਹੁਣ ਕਦੋਂ ਮਿਲੋਗੇ ਜੀ ਕਾਲ ਯੁਗ ਨੇੜੇ ਆਉਂਦਾ ਹੁਣ ਕਦੋਂ ਮਿਲੋਗੇ ਜੀ ਕਾਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਕਾਲ ਯੁਗ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ ਚੱਲਾ ਜੀਓ ਇੱਕ ਇਹਨਾਂ ਦੀ ਹਾਲਤ ਹੈ ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਲੱਗਿਆ ਹੋਵੇ ਨਾ ਤੇ ਉਹਨਾਂ ਦੇ ਰੱਬ ਦੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਮਹਾਂਪੁਰਖ ਦੱਸਿਆ ਕਰਦੇ ਕਹਿੰਦੇ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਬਈ ਉਹਨੂੰ ਭੁੱਖ ਲੱਗਣੋਂ ਹਟ ਜਾਂਦੀ ਹੈ ਇਹ ਬਰਾਗੀ ਦੀ ਹਾਲਤ ਹੈ ਤੇ ਉਹਦੇ ਨੇਤਰ ਸਜਲ ਰਹਿੰਦੇ ਆ ਸੰਗਤਾਂ ਦੇ ਨੇਤਰ ਸਜਲ ਆ ਸਮਾਂ ਹੋ ਗਿਆ ਬਾਬਾ ਬੁੱਢਾ ਸੰਗਤਾਂ ਨੂੰ ਲੈ ਕੇ ਸਾਰੇ ਅੰਮ੍ਰਿਤਸਰ ਸਾਹਿਬ ਤੋਂ ਉਹਦੀ ਪ੍ਰਕਰਮਿਆ ਕਰਦਾ ਤੇ ਕਿਤੇ ਬਰਾਗ ਦੇ ਵਿੱਚ ਪੰਗਤੀਆਂ ਪੜਦਾ ਸੱਚੇ ਪਾਤਸ਼ਾਹ ਪਿਆਰੇ ਜੀ ਤਾਂ ਮਰ ਰੋਣ ਸੰਗਤਾਂ ਪਿਆਰੇ ਜੀ ਤਾਂ ਮਰ ਰੋਣ ਆਪ ਜੀ ਨੇ ਫਤਿਹਗੜ੍ਹ ਸਾਹਿਬ ਦੇਖਿਆ ਕਿਵੇਂ ਧਾਹਾਂ ਪੈਂਦੀਆਂ ਸੀ ਤੇ ਸ਼ਸ਼ਕਾਰ ਵਾਲੇ ਦਿਨ ਲੋਕ ਉੱਤੋਂ ਦੀ ਹੋ ਹੋ ਡਿੱਗਦੇ ਦਰਸ਼ਨਾਂ ਦੀ ਖਾਤਰ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਨਾਲ ਉੱਤੋਂ ਦੀ ਹੋ ਹੋ ਲੋਕ ਧਾਹਾਂ ਮਾਰਦੇ ਆ ਮੇਰਾ ਕਹਿਣ ਦਾ ਮਤਲਬ ਹੈ ਬਾਬੇ ਬੁੱਢੇ ਨੇ ਸਾਰੇ ਅੰਮ੍ਰਿਤਸਰ ਦੀ ਪ੍ਰਕਰਮਿਆ ਕਰਕੇ ਨਾ ਜਦੋਂ ਡਿਉੜੀ ਕੋਲੇ ਧਾਰਨਾ ਪੜ੍ਹੀ ਤੇ ਆਣ ਕੇ ਨਾ ਡਿਉੜੀ ਕੋਲੇ ਧਾਰਨਾ ਮਹਾਰਾਜ ਨੂੰ ਚੇਤੇ ਕਰਕੇ ਕਹਿੰਦਾ ਸੱਚੇ ਪਾਤਸ਼ਾਹ ਉਹ ਕਦੇ ਹੋਣ ਗਿਆ ਪੱਪਾ ਨਾਲ ਮੇਲ ਅੱਜ ਦਿਆ ਵਿਛੜਿਆ ਦਿਆ
ਸਾਹਿਬ ਜੀ ਮਹਾਰਾਜ ਨੂੰ ਬਾਬੇ ਬੁੱਢੇ ਨੇ ਜਦੋਂ ਆਵਾਜ਼ ਮਾਰੀ, ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ, ਅਸਾਰ ਰਾਤ ਦਿਵਸ ਕਹਿ ਕੂਕਣਾ ਕਬੂ ਕੁਸੁਣ, ਉਦੋਂ ਜਦੋਂ ਸੰਗਤਾਂ ਨੇ ਮਾਰੀ ਨਾ ਨਿਗਾਹ ਤੇ ਜਾਂ ਗੁਰ ਦੇਖਾਂ ਸਾਹਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੀਰ ਕਰਕੇ ਦਰਸ਼ਨ ਹੁੰਦੇ ਆ, ਤੇ ਬਾਬਾ ਬੁੱਢਾ ਹੈਰਾਨ ਹੋ ਗਿਆ, ਕਹਿੰਦਾ ਵਾ ਮੈਂ ਤੁਹਾਨੂੰ ਕਹਿੰਦਾ ਸੀ ਬਈ ਜਨਮ ਮਰਨ ਦੋਹੂ ਮੈਂ ਨਾ। ਇਹੋ ਜਿਹੇ ਮਹਾਂਪੁਰਖ ਸੀ ਜਿਨ੍ਹਾਂ ਦੀ ਵਡਿਆਈ ਕਰਦੇ ਕਰਦੇ ਨਾ ਆਪਣੀ ਜੀਭ ਨਹੀਂ ਕਰ ਸਕਦੀ ਚਮੜੇ ਦੀ, ਉਹਨਾਂ ਦੇ ਦਰਸ਼ਨ ਕਰਕੇ ਕਿੰਨੇ ਸੰਤ ਬਣ ਗਏ। ਮੈਂ ਇੱਕ ਸਕਿੰਟ ਜਿਹੜੀ ਸਮਾਪਤੀ ਕਰਾਂ, ਮੈਂ ਲੋਪੋ ਵਾਲੇ ਸੰਤਾਂ ਨਾਲ ਰਹਿੰਦਾ ਸੀ, ਬਾਬਾ ਦਰਬਾਰੀ ਦਾਸ ਨਾਲ, ਲੋਪੋ ਵਾਲੇ ਸੰਤਾਂ ਨਾਲ ਮੈਂ ਰਹਾਂ, ਤੇ ਸੰਤਾਂ ਨੇ ਲੰਗਰ ਲਾਇਆ ਮਸਤੂਆਂ ਨੇ ਦਮਦਮਾ ਸਾਹਿਬ, ਤੇ ਮੈਂ ਮਸ਼ਕ ਦਾ ਪਾਣੀ ਢੋਵਾਂ, ਮਸ਼ਕ ਹੁੰਦੀ ਮੋਢੇ 'ਚ ਪਾਈ ਵੀ, ਜਦੋਂ ਮਸ਼ਕ ਦਾ ਪਾਣੀ ਉਦੋਂ ਨਲਕੇ ਨਹੀਂ ਸੀ ਲੱਗੇ ਦਮਦਮਾ ਸਾਹਿਬ, ਜਦੋਂ ਦੀ ਮੈਂ ਗੱਲ ਕਰਦਾ ਹੈ ਉਦੋਂ ਦੋ ਦੋ ਤਿੰਨ ਤਿੰਨ ਕਿਲੋਮੀਟਰ 'ਚ ਸਾਧੂ ਬੈਠੇ ਹੋਇਆ ਕਰਨ ਧੂੰਆਂ ਵਾਲੇ ਵਿਸਾਖੀ ਦੇ ਦਿਹਾੜੇ 'ਤੇ। ਇੱਕ ਸਕਿੰਟ 'ਚ ਦੀ ਸਮਾਪਤੀ ਕਰ ਦਿੰਦੀ ਹਾਂ। ਤੇ ਮੈਂ ਮਸ਼ਕ ਦਾ ਮਸ਼ਕ ਭਰਨ ਗਿਆ ਤਲਾਅ 'ਚੋਂ, ਤਲਾਅ 'ਚੋਂ ਪਾਣੀ ਵਰਤਦੇ ਸੀ ਲੰਗਰ ਵਾਸਤੇ, ਨਲਕੇ ਨਹੀਂ ਸੀ, ਤੇ ਲੋਕ ਭੱਜੇ ਜਾਣ। ਉਹ ਮੈਂ ਆਖਿਆ ਵੀ ਕੀ ਗੱਲ, ਕਹਿੰਦੇ ਵੀ ਸਿਉੜੇ ਵਾਲੇ ਸੰਤ ਆਏ ਪਏ ਆ। ਮੈਂ ਕਿਹਾ ਮੈਂ ਦਰਸ਼ਨ ਨਹੀਂ ਸੀ ਕੀਤੇ, ਨਾ ਮੈਂ ਜਾਣਾ ਵੀ ਸੰਤ ਕਿੱਥੇ ਆ, ਨਾ ਮੈਨੂੰ ਕੀਰਤਨ ਦਾ ਪਤਾ ਸੀ ਵੀ ਕੀਰਤਨ ਕਿਵੇਂ ਕਰਦੇ ਆ। ਮੈਂ ਜੀ ਮਸ਼ਕ ਨਾ ਸਰੋਵਰ 'ਚ ਪਾਣੀ ਦੀ ਲਾਹ ਖੋਲਤੀ ਲਾਹਤੀ, ਤੇ ਮੈਂ ਖਾਲੀ ਮਸ਼ਕ ਪਾ ਕੇ ਮੈਂ ਕਿਹਾ ਦੇਖਾਂ ਬਈ ਕਿੱਥੇ ਆ ਸੰਤ। ਇੱਕ ਸੰਤ ਸਰਜੀਤ ਸੋਹਣੀ ਸੀ ਨਾਲ ਘਨੌਰੀ ਵਾਲੇ, ਜਦੋਂ ਸੰਤ ਮੇਰੇ ਜਾਂਦੇ ਨੂੰ ਕੀਰਤਨ ਕਰਨ ਤੇ ਸੰਗਤਾਂ ਉਹਨਾਂ ਦੇ ਵਿਰਾਗੀ ਇਹੋ ਜਿਹੇ ਬੰਦੇ, ਮੈਂ ਨਾ ਵੀ ਹੈਰਾਨ ਹੀ ਹੋ ਜਾਓ ਜਿਹਨਾਂ ਦੇ ਦਰਸ਼ਨ ਕਰਕੇ ਬੰਦਾ ਗਦ ਗਦ ਹੋ ਗਿਆ। ਇਹੋ ਜਿਹੇ ਵਿਰਾਗੀ ਬੰਦੇ ਉਹਨਾਂ ਦੇ ਮਗਰ, ਸੰਤਾਂ ਦੇ ਨਾਲ 16 ਚਿਮਟੇ ਵੱਜਣ ਤੇ 8 ਢੋਲਕੀਆਂ, 8 ਢੋਲਕੀਆਂ ਵੱਜਣ ਤੇ 16 ਚਿਮਟੇ, ਤੇ ਜਦੋਂ ਸੰਤਾਂ ਨੇ ਧਾਰਨਾ ਪੜ੍ਹੀ ਨਾ, ਜੇ ਤਾਂ ਚਾਰ ਪਦਾਰਥ ਲੈਣੇ ਸੇਵਾ, ਬਈ ਸੱਚੀ ਗੱਲ ਹੈ, ਇਉਂ ਲੱਗੇ ਵੀ ਦਰਖਤ ਵੀ ਉਹੀ ਗੱਲ ਕਹਿੰਦੇ ਆ ਜਿਹੜੀ ਸੰਤ ਬਚਨ ਬੋਲਣ ਨਾ, ਬਈ ਐਂ ਲੱਗੇ ਵੀ ਸੰਤ ਵੀ ਉਹੀ ਗੱਲ ਕਹਿੰਦੇ ਆ। ਉਹ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਮੇਰੇ ਅੰਦਰ ਵੀ ਫੁਰਨਾ ਬਣਿਆ ਵੀ ਆਪਾਂ ਮਹਾਂਪੁਰਖਾਂ ਦੀ ਯਾਦ ਤਾਜ਼ੀ ਕਰੀਏ। ਸੰਦੌੜ ਪਿੰਡ ਦਾਣਾ ਮੰਡੀ 'ਚ ਪ੍ਰੋਗਰਾਮ ਰੱਖਿਆ 8, 9, 10 ਤਰੀਕ ਦਾ, 3 ਦਿਨ ਪ੍ਰੋਗਰਾਮ ਰੱਖਣਾ। ਸੰਤ ਬੜੇ ਸੱਦਣੇ, 50 ਸੰਤ ਸੱਦਣੇ, ਹਰੇਕ ਨੂੰ ਟਾਈਮ ਦੇਣਾ। ਇਹ ਨਹੀਂ ਵੀ ਫਲਾਣੇ ਨੂੰ ਨਾ ਦਿਓ, ਕੰਮ ਕੀ ਕਰੂਗਾ, ਹਰੇਕ ਸੰਤ ਨੂੰ ਟਾਈਮ ਦੇਣਾ। ਸੰਤਾਂ ਦੇ ਅੰਦਰ ਤਾਂ ਚਾਹ ਚੜ ਜੇ ਦੇਖ ਕਿਸੇ ਨੂੰ, ਜਿਹੜਾ ਸੰਤ ਆ ਬੰਦਾ ਜਾਂ ਪ੍ਰੇਮੀ ਹੈ ਉਹਨੂੰ ਤਾਂ ਦੇਖ ਕੇ ਚਾਹ ਚੜ ਜੇ, ਇਹ ਥੋੜੋ ਹੈ ਬਈ ਸਾਧ ਸੰਗਤ ਦੇਖ ਕੇ ਮਨ 'ਚ ਹੀ ਨਾ ਫੁਰਨਾ ਬਣੇ। ਬਾਣੀ ਦੀ ਪੰਗਤੀ ਹੈ, ਮਿਲਵੇ ਕੀ ਮਹਿਮਾ ਵਰਨ ਨਾ ਸਕੋ ਨਾਨਕ ਪਰੈ। ਅਸੀਂ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਮਰੀਦ ਹੈ, ਕੋਈ ਇਹ ਨਹੀਂ ਗੱਲ ਐਵੇਂ ਦਿਲੋਂ ਗੱਲ ਆ ਉਹਨਾਂ ਨਾਲ, ਇਹ ਨਹੀਂ ਵੀ ਮੈਂ ਸਰੀਰ ਕਰਕੇ ਨੇੜੇ ਆ, ਮੇਰਾ ਕਹਿਣ ਦਾ ਮਤਲਬ ਹੈ ਆਉਣ ਵਾਲਾ ਸਮਾਂ ਸਰਵਣ ਕਰੀਏ ਤੇ ਆਪ ਜੀ ਨੂੰ ਪਤਾ ਧੰਨਵਾਦ ਕੀਤਾ ਜਾਂਦਾ ਸੰਤ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਸੁਪੁੱਤਰ ਬਣ ਕੇ ਦਿਖਾਇਆ ਬਾਬਾ ਬਲਵੰਤ ਸਿੰਘ ਜੀ ਨੂੰ। ਮੈਂ ਪਹਿਲਾਂ ਬੇਨਤੀ ਕੀਤੀ ਪੁੱਤ ਕਪੁੱਤ ਸੁਪੁੱਤ, ਜਿਨ੍ਹਾਂ ਨੇ ਅੱਜ ਉਹਦੀ ਉਹਨਾਂ ਦੀ ਕਰਨੀ ਨੂੰ ਚਾਰ ਚੰਨ ਲਾਏ ਬਾਬਾ ਮਹਿੰਦਰ ਸਿੰਘ ਜੀ ਹੁਣਾਂ ਨੇ, ਤੇ ਇਹਨਾਂ ਦੇ ਲੜਕੇ ਅਮਰਾਓ ਸਿੰਘ ਜਿਨ੍ਹਾਂ ਨੇ ਮਹਾਂਪੁਰਖਾਂ ਨੇ ਸਾਲ ਭਰ ਪਹਿਲਾਂ ਹੀ ਨੌਂ ਰੱਖਤਾ, ਇਹ ਮਹਾਂਪੁਰਖਾਂ ਦੀ ਦੇਣ। ਬਈ ਸੱਚੀ ਗੱਲ ਆ, ਮੇਰੀ ਚਮੜੇ ਦੀ ਜੀਭ ਸੰਤ ਬਲਵੰਤ ਸਿੰਘ ਦੀ ਨਹੀਂ ਵਡਿਆਈ ਕਰ ਸਕਦੀ। ਆਉਣ ਵਾਲਾ ਸਮਾਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਸਾਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ